ਦੇ ਪ੍ਰਧਾਨ ਨੇ ਰਾਜਾ ਵੜਿੰਗ ਤੇ ਟਿਕਟ ਮਿਲਣ ਤੋਂ ਬਾਅਦ ਉਹ ਪਹਿਲੀ ਵਾਰ ਹੁਣ ਲੁਧਿਆਣਾ ਪਹੁੰਚੇ ਨੇ ਤੇ ਚੋਣ ਪ੍ਰਚਾਰ ਦਾ ਆਗਾਜ਼ ਕਰਦੇ ਦਿਖੇ ਨੇ। ਤਾਂ ਦੱਸ ਦਈਏ ਕਿ ਇਸ ਦੇ ਨਾਲ ਹੀ ਰਾਜਾ ਵੜਿੰਗ ਦੇ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਪਾਰਟੀ ਪੰਜਾਬ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੇਗੀ। ਕਾਂਗਰਸ ਜਿੱਥੇ ਪ੍ਰਗਟ ਸਿੰਘ 7-8 ਸੀਟਾਂ ਜਿੱਤਣ ਦੀ ਗੱਲ ਕਰ ਰਹੇ ਨੇ, ਉੱਥੇ ਦੂਜੇ ਪਾਸੇ ਰਾਜਾ ਵੜਿੰਗ ਜਿਹੜੇ ਨੇ ਕਹਿ ਰਹੇ ਨੇ ਕਿ ਸਭ ਤੋਂ ਵੱਡੀ ਪਾਰਟੀ ਬਣੇਗੀ ਕਾਂਗਰਸ ਪੰਜਾਬ ਦੇ ਵਿੱਚ। ਤੇ ਚੋਣ ਪਿੜ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਰਨੈਲ ਆ ਚੁੱਕਿਆ ਹੈ ਤੇ ਕਾਂਗਰਸ ਪਾਰਟੀ ਨੂੰ ਛੱਡਣ ਵਾਲਿਆਂ ਨੂੰ ਉਹਨਾਂ ਨੇ ਬੇਵਫਾ ਆਖਿਆ ਹੈ। ਤੇ ਨਾਲ ਹੀ ਦਲਵੀਰ ਗੋਲਡੀ ਤੇ ਵੀ ਉਹਨਾਂ ਨੇ ਟਿੱਪਣੀ ਕੀਤੀ, ਉਹਨਾਂ ਨੇ ਕਿਹਾ ਕਿ ਦਲਵੀਰ ਗੋਲਡੀ ਨੇ ਸਿਆਸੀ ਖੁਦਕੁਸ਼ੀ ਕੀਤੀ ਹੈ। ਤੇ ਨਾਲ ਹੀ ਸੁਖਪਾਲ ਸਿੰਘ ਖਹਿਰਾ ਦੇ ਜਿੱਤ ਦਾ ਵੀ ਦਾਅਵਾ ਕੀਤਾ ਹੈ ਰਾਜਾ ਵੜਿੰਗ ਨੇ। ਤਾਂ ਰਾਜਾ ਵੜਿੰਗ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਲੁਧਿਆਣਾ ਪਹੁੰਚੇ, ਜ਼ੋਰਦਾਰ ਸਵਾਗਤ ਰਾਜਾ ਵੜਿੰਗ ਦਾ ਹੋਇਆ ਹੈ। ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਲੁਧਿਆਣਾ ਤੋਂ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ, ਜਿੱਥੇ ਰਾਜਾ ਵੜਿੰਗ ਪਹਿਲੇ ਦਿਨ ਹੁਣ ਲੁਧਿਆਣਾ ਪਹੁੰਚੇ ਨੇ ਤੇ ਇਸ ਦੌਰਾਨ ਉਹਨਾਂ ਨੇ ਕਈ ਟਿੱਪਣੀਆਂ ਵੀ ਕੀਤੀਆਂ, ਬਿਆਨ ਵੀ ਦਿੱਤੇ ਤੇ ਨਾਲ ਹੀ ਜਿਨ੍ਹਾਂ ਨੇ ਪਾਰਟੀ ਛੱਡੀ ਹੈ, ਜਿਹੜੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਗਏ ਨੇ, ਉਹਨਾਂ ਨੂੰ ਬੇਵਫਾ ਕਿਹਾ ਹੈ। ਦਲਵੀਰ ਗੋਲਡੀ ਨੂੰ ਕਿਹਾ ਹੈ ਕਿ ਉਹਨਾਂ ਨੇ ਸਿਆਸੀ ਖੁਦਕੁਸ਼ੀ ਕਰ ਲਈ ਹੈ ਤੇ ਸੁਖਪਾਲ ਖਹਿਰਾ ਦੀ ਜਿੱਤ ਦਾ ਵੀ ਦਾਅਵਾ ਕੀਤਾ ਹੈ। ਤਾਂ ਲੁਧਿਆਣਾ ਦੇ ਵਿੱਚ ਵੱਡੀ ਸਿਆਸੀ ਫਾਈਟ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਰਾਜਾ ਵੜਿੰਗ ਜਿਹੜੇ ਨੇ ਉਹ ਚੋਣ ਮੈਦਾਨ 'ਚ ਨੇ ਤੇ ਰਵਨੀਤ ਬਿੱਟੂ ਜਿਹੜੇ ਪਾਰਟੀ ਛੱਡ ਕੇ ਗਏ ਨੇ ਉਹਨਾਂ ਦੇ ਖਿਲਾਫ ਰਾਜਾ ਵੜਿੰਗ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। ਆਪ ਦੇ ਅਸ਼ੋਕ ਪਰਾਸ਼ਰ ਪੱਪੀ ਨੇ ਤੇ ਅਕਾਲੀ ਦਲ ਦੇ ਰਣਜੀਤ ਸਿੰਘ ਢਿੱਲੋਂ ਚੋਣ ਮੈਦਾਨ 'ਚ ਨੇ। ਵੱਡੀ ਗੱਲ ਇਹ ਹੈ ਕਿ ਰਵਨੀਤ ਬਿੱਟੂ 3 ਵਾਰ ਦੇ ਸਾਂਸਦ ਨੇ, 2 ਵਾਰ ਲਗਾਤਾਰ ਲੁਧਿਆਣਾ ਜਿੱਤ ਚੁੱਕੇ ਨੇ, ਪਰ ਇਸ ਵਾਰ ਉਹ ਕਾਂਗਰਸ ਤੋਂ ਨਹੀਂ ਭਾਜਪਾ ਤੋਂ ਚੋਣ ਲੜ ਰਹੇ ਨੇ ਤੇ ਇਸੇ ਕਰਕੇ ਕਾਂਗਰਸ ਪਾਰਟੀ ਦੇ ਵੱਲੋਂ ਆਪਣੇ ਵੱਡੇ ਸਭ ਤੋਂ ਵੱਡੇ ਆਗੂ, ਕਿਉਂਕਿ ਕਾਂਗਰਸ ਦੇ ਪ੍ਰਧਾਨ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਰਾਜਾ ਵੜਿੰਗ, ਉਹਨਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। ਹਾਲਾਂਕਿ ਜੇਕਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ 9 ਦੀਆਂ 9 ਸੀਟਾਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਦੇ ਹਿੱਸੇ ਆਈਆਂ ਸੀ, ਪਰ ਹੁਣ 2024 ਕੀ ਹੋਵੇਗਾ, 2024 ਦੇ ਵਿੱਚ ਕੌਣ ਬਣੇਗਾ 2024 ਦਾ ਲੁਧਿਆਣਾ ਦਾ ਚੈਂਪੀਅਨ, ਕਿਉਂਕਿ ਰਾਜਾ ਵੜਿੰਗ ਵੀ ਚੋਣ ਮੈਦਾਨ 'ਚ ਨੇ, ਢੋਲ ਦੀ ਥਾਪ 'ਤੇ ਉਹਨਾਂ ਦਾ ਸਵਾਗਤ ਹੋਇਆ ਹੈ, ਉਹਨਾਂ ਦੇ ਸਮਰਥਕ ਭੰਗੜਾ ਪਾ ਰਹੇ ਨੇ। ਵੜਿੰਗ ਨੇ ਉੱਥੇ ਜਾ ਕੇ ਲੁਧਿਆਣਾ ਪਹੁੰਚ ਕੇ ਸਿਆਸੀ ਬਿਆਨ ਵੀ ਦਿੱਤੇ ਨੇ, ਉਹਨਾਂ ਨੇ ਕਿਹਾ ਹੈ ਕਿ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੇਗੀ ਕਾਂਗਰਸ, ਅਤੇ ਕਿਉਂਕਿ ਹੁਣ ਚੋਣ ਪਿੜ ਦੇ ਵਿੱਚ ਜਰਨੈਲ ਆ ਗਿਆ ਹੈ ਕਾਂਗਰਸ ਪਾਰਟੀ। ਹਿੰਦੁਸਤਾਨ ਦੀ ਰਾਜਧਾਨੀ ਹੋਵੇ, ਲੋਕ ਕਹਿਣ ਕਿ ਹਿੰਦੁਸਤਾਨ ਦਾ ਮੈਨਚੈਸਟਰ ਲੁਧਿਆਣਾ ਹੈ, ਇੱਥੋਂ ਦੀ ਇੰਡਸਟਰੀ ਦੀ ਗੱਲ ਕਰਨਾ ਚਾਹੀਏ, ਇੱਥੋਂ ਦੇ ਵਾਤਾਵਰਨ ਬੁੱਢੇ ਨਾਲੇ ਅੱਗੇ ਪੋਲਿਊਸ਼ਨ ਦਾ ਹੱਲ ਕਰਨ ਵਾਸਤੇ ਆਇਆ ਹੈ, ਇੱਥੋਂ ਦੇ ਲੇਬਰ ਕਲਾਸ ਮਜ਼ਦੂਰ ਕਰਨੇ ਜਿਹੜੇ ਜਿਨ੍ਹਾਂ ਨੇ ਵਿਕਾਸ ਕੀਤਾ, ਚਾਹੇ ਉਹ ਬਾਹਰੋਂ ਆਏ ਚਾਹੇ ਇੱਥੇ ਹੈ, ਲੇਕਿਨ ਉਹਨਾਂ ਨੇ ਲੁਧਿਆਣੇ ਦੇ ਵਿਕਾਸ ਦੇ ਅੰਦਰ ਤਰੱਕੀ ਦੇ ਅੰਦਰ ਵੱਡਾ ਯੋਗਦਾਨ ਪਾਇਆ, ਉਹਨਾਂ ਦਾ ਜੀਵਨ ਉੱਚਾ ਚੱਕਣ ਵਾਸਤੇ ਉਹਨਾਂ ਨੇ ਸਮੇਂ 'ਚ ਉਪਰਾਲਾ ਕਰਾਂਗਾ। ਇੱਥੋਂ ਦੇ ਹੈਲਥ ਇਨਫਰਾਸਟ੍ਰਕਚਰ ਜਿਵੇਂ DMC CMC ਤੇ ਅਪੋਲੋ ਹੈ, ਮੈਨੂੰ ਲੱਗਦਾ ਲੁਧਿਆਣੇ ਦੇ ਵਿੱਚ PGI ਤੇ AIIMS ਹੋਣਾ ਚਾਹੀਦਾ। ਇੱਥੋਂ ਦੇ ਐਜੂਕੇਸ਼ਨ ਦੇ ਲਈ ਐਜੂਕੇਸ਼ਨ ਦਾ ਮਿਆਰ ਉੱਚਾ ਚੁੱਕਣ ਵਾਸਤੇ ਹਰੇ ਰੂਪੇ ਤਿਆਰ ਕਰਕੇ ਕਰਿਆਰਾਂ ਦੀ ਲੜਾਈ ਲੜਨ ਵਾਸਤੇ ਰਾਜਾ ਵੜਿੰਗ ਆਇਆ। 9A 2020 ਮੁਕਾਬਲਾ ਆਦਰਣੀਆ ਸਰਕਾਰ ਯੋਗ ਬੰਦੇ ਭਰਾ ਬਿੱਟੂ ਜੀ,
ताकत वो चल के रहता है, जमाना नाक गिराए वो संभल के रहता है, वो जिस चिराग में ताकत उजाला करने की दुनिया नाक बुझाए वो चल के रहता है, वो चल के रहता है। ये वफादारी से गदारी की लड़ाई है। सो मैं सिर्च कोड़े लुधियाना के लोगों और बेनती करना है कि अगले 3 दिन ਤੁਸੀਂ ਇਸ ਲੜਾਈ ਨਾਲ ਆਪਦੇ ਇਸ ਪੁੱਤਰ ਦਾ ਸਾਥ ਦੇਣਾ ਹੈ, ਆਪਦੇ ਇਸ ਭਰਾ ਦਾ ਸਾਥ ਦੇਣਾ ਹੈ। ਔਰ ਰਾਜਾ ਬ੍ਰਿੰਗ ਕਿੱਥੋਂ ਪੈਦਾ ਹੋਇਆ? ਰਾਜਾ ਬ੍ਰਿੰਗ ਵਫਾਦਾਰੀ ਦਾ ਨਾਂ ਹੈ। ਰਾਤ ਨੂੰ 3 ਵਜੇ ਸੱਦੋਗੇ, ਮੈਂ ਬਿੱਟੂ ਵਾਂਗੂ ਟੈਲੀਫੋਨ ਨਹੀਂ ਚੱਕਣਾ, ਜਿਵੇਂ ਹੋ ਨਹੀਂ ਸਕਦਾ। ਰਾਜਾ ਬ੍ਰਿੰਗ ਰਾਤ ਨੂੰ 3 ਵਜੇ ਵੀ ਆਪਦੇ ਵਰਕਰ ਦੇ ਨਾਲ ਚਟਾਨ ਦੇ ਵਾਸ ਕਰਦਾ, ਰਾਤ ਨੂੰ 2 ਵਜੇ ਵੀ ਚਟਾਨ ਦੇ ਵਾਸ ਕਰੇਗਾ। ਬਿੱਟੂ ਜੀ, ਲੁਧਿਆਣਾ ਦੇ ਲੋਕ ਤਰਸ ਕੇ ਕਿ ਬਿੱਟੂ ਸਾਡਾ ਟੈਲੀਫੋਨ ਛੱਕੇਗਾ, ਬਿੱਟੂ ਸਾਡੀ ਗੱਲ ਸੁਣੇਗਾ। ਲੇਕਿਨ ਕਿਸੇ ਦੀ ਬਾਤ ਨਹੀਂ ਸੁਣੀ। ਤੁਸੀਂ ਪੁੱਛੀ